ਇਤਿਹਾਸਕਾਰਾਂ ਦੀ ਕਮੇਟੀ ਬਣਾਉਣ ਦੇ ਫੈਸਲੇ ਦਾ ਪ੍ਰੋਫੈਸਰ ਬੰਡੂੰਗਰ ਨੇ ਕੀਤਾ ਸਵਾਗਤ। 12ਵੀਂ ਕਲਾਸ ਦੇ ਇਤਿਹਾਸ ਦੇ ਸਿਲੇਬਸ ਵਿੱਚ ਤਬਦੀਲੀ ਦੇ ਮਸਲੇ ਤੇ 6 ਵੱਡੇ ਇਤਿਹਾਸਕਾਰਾਂ ਦੀ ਕਮੇਟੀ ਬਣਾਉਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦਾ SGPC ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂੰਗਰ ਨੇ ਵੀ ਸਵਾਗਤ ਕੀਤਾ ਹੈ। ਇਹ ਪ੍ਰੋਫੈਸਰ ਕਿਰਪਾਲ ਸਿੰਘ ਸਭ ਤੋਂ ਪੁਰਾਣੇ ਹਿਸਟੋਰੀਅਨ ਨੇ, ਉਸ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੜੀ ਦੇਰ ਹਿਸਟਰੀ ਦੇ ਹੈੱਡ ਆਫ ਡਿਪਾਰਟਮੈਂਟ ਰਹੇ ਨੇ। ਉਹਨਾਂ ਦੀ ਉਮਰ ਤਕਰੀਬਨ 100 ਸਾਲ ਤੋਂ ਵੱਧ ਹੈ। ਉਹ ਸਾਡਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਚੰਡੀਗੜ੍ਹ 'ਚ, ਉਹਦੇ ਵਿੱਚ ਫਾਰਸੀ ਦੇ ਸੋਰਸ ਨੂੰ ਅਨੁਵਾਦ ਕਰਕੇ ਪੰਜਾਬੀ 'ਚ ਕਰ ਰਹੇ ਨੇ। ਇਹ ਉਹ ਨੇ ਜਿਹੜੇ ਬਾਕੀ ਬੰਦੇ ਵੀ ਉਹਦੇ ਨਾਲ ਪਾਏ ਨੇ। ਗਰੇਵਾਲ ਸਾਹਿਬ ਜਿਹੜੇ ਉਹ ਉਹਨਾਂ ਦੇ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਰਹੇ ਨੇ, ਉਹ ਬੜੇ ਵੱਡੇ ਹਿਸਟੋਰੀਅਨ ਨੇ। ਅਤੇ ਕੋਈ ਤੇਜਾ ਸਿੰਘ, ਫੌਜਾ ਸਿੰਘ, ਪ੍ਰੈਸ ਡਾਕਟਰ ਗੰਡਾ ਸਿੰਘ ਤੋਂ ਬਾਅਦ ਜੋ ਹਿਸਟੋਰੀਅਨ ਹੋਏ ਨੇ, ਉਹ ਇਹ ਹਿਸਟੋਰੀਅਨ ਹੋਏ ਨੇ ਡਾਕਟਰ ਕਿਰਪਾਲ ਸਿੰਘ ਜੀ, ਡਾਕਟਰ JS ਗਰੇਵਾਲ ਜੀ, ਬੀਬੀ ਇੰਦੂ ਗੰਗਾ ਜੀ, ਪ੍ਰੀਤੀਪਾਲ ਕਪੂਰ ਜੀ। ਜਿਹੜੀ ਕਮੇਟੀ ਬਣਾਈ ਆ, ਉਹਦੀ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਹੀ, ਇਹ ਨਹੀਂ ਕਿ ਕੋਈ ਕਾਂਗਰਸ ਜਾਂ ਅਕਾਲੀ, ਉਹ ਸਾਰੇ ਸਿੱਖ ਜਗਤ ਦੇ ਵਿੱਚ ਹੀ ਸਾਰੇ ਭਾਗ ਦੇ ਜੀ, ਬੜੇ ਜਾਣੇ ਪਛਾਣੇ ਨੇ, ਬੜੇ ਮਾਣਯੋਗ ਸਨਮਾਨਯੋਗ ਨੇ। ਅਤੇ ਇਸੇ ਤਰ੍ਹਾਂ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਿਹੜੇ ਯੋਗ ਵਿਅਕਤੀ ਨੇ, ਉਹ ਜੇ ਠੀਕ ਸਮਝਣਗੇ ਉਹ ਪ੍ਰਧਾਨ ਸਾਹਿਬ ਮਿਲਣਗੇ। ਔਰ ਸਾਨੂੰ ਆਸ ਹੈ ਕਿ ਇਹ ਕਮੇਟੀ ਜਿਹੜੀ ਹੈ, ਕਿਉਂਕਿ ਕਿਸੇ ਰੰਗ ਵਿੱਚ ਰੰਗੀ ਨਹੀਂ ਹੋਈ, ਕਿਸੇ ਅਕਾਲੀ ਜਾਂ ਕਾਂਗਰਸ ਜਾਂ ਕਮਿਊਨਿਸਟ ਨਾਲ ਨਹੀਂ, ਇਹ ਨਿਰਪੱਖ ਨੇ, ਬੜੇ ਵਿਦਵਾਨ ਨੇ, ਵਿਦਵਤਾ ਦਾ ਜਿਹੜਾ ਉਹ ਨਮੂਨਾ ਹੀ ਇਹ ਆ ਵੀ ਉਹ ਨਿਰਪੱਖ ਹੋ ਕੇ ਗੱਲ ਆਪਣੀ ਸੱਚ ਕਹਿ ਸਕੇ, ਉਹ ਸੱਚ ਗੱਲ ਕਹਿ ਸਕੇ।